ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਸੀਂ ਅੱਜ ਲੱਗੇ ਜੀ ਕੰਮ ਕਰਨ ਮੋਟਰ ਸ਼ੁਰੂ ਅਰਲੈਨ ਦੀ ਪੂੜੀ, ਇਹ ਹੈਗੀ ਸੁੰਡੀ ਦੇ, ਬਾਕੀ ਅਸੀਂ ਹੌਲੀ ਹੌਲੀ ਚੀਜ਼ਾਂ ਦੱਸਦੇ ਰਹੂੰਗਾ। ਅੱਜ ਅਸੀਂ ਬਹੁਤ ਕੰਮ ਕਰਨਾ, ਚਾਹ ਵੀ ਬਣਾਉਣੀ ਪੈਣੀ, ਮੈਂ ਤੈਨੂੰ ਫੋਨ ਕਰੂ ਚਾਹ ਲਿਆ ਦੀ। ਆਪਣੇ ਫਲ ਬੂਟੇ ਆ ਇਹ, ਤੇ ਉਹ ਆ ਜੇ ਕਿਸੇ ਨੂੰ ਜੰਗਲ ਪਾਣੀ ਆ ਗਿਆ ਉਹ ਉਹਦੇ ਬਿਠਾ ਲੈਣਾ ਆਪਾਂ ਨੇ, ਬਜਰੀ ਬਜਰੀ ਆ ਗਈ। ਹੁਣ ਦੇਖਦੇ ਹਾਂ ਹੌਲੀ ਹੌਲੀ, ਦੇਖੀ ਜੋ ਅਸੀਂ ਕਿਆ ਚੀਜ਼ਾਂ ਕਰਨੀਆਂ ਅੱਜ, ਠੀਕ ਆ ਬਈ। ਚੱਲ ਵੀਰਾ ਜੂ ਮੋੜ ਗੱਡੀ, ਫਿਰ ਮੋੜ ਗਾਡਾ ਗਾਡੀ, ਇੱਧਰ ਨੂੰ ਚੱਲ, ਐਂ ਦਿਓ ਇੱਧਰ ਜਦੋਂ ਮਰਜ਼ੀ ਚੱਲ, ਹੈਂ ਇੱਧਰ ਮੋੜ ਲੈ। ਬੜੀ ਕਟਾਈ ਆ ਗੱਡੀ ਦੀ, ਮੈਂ ਇੱਥੇ ਬਹਿੰਦਾ। ਪੰਦਰਾਂ ਹਜ਼ਾਰ ਦੀ ਜਾਲੀ ਲੱਗੀ, ਪੰਦਰਾਂ ਹਜ਼ਾਰ ਦੀ ਜਾਲੀ, ਹਾਂ ਵਿੱਚ ਐਂਗਲ ਵੀ ਹੈ ਨਾ, ਵਿੱਚ ਐਂਗਲ ਜਿਹੜੇ ਐਂਗਲ ਲੱਗੇ ਆ, ਵਿੱਚ ਸਮਿੰਟ ਆਇਆ, ਵਿੱਚ ਪੰਦਰਾਂ ਹਜ਼ਾਰ ਖਰਚਾ ਆ ਗਿਆ ਸਾਰਾ। ਹਾਂ 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 ਆ ਦੇਖ ਇੱਧਰ, ਥੋੜ੍ਹੇ ਪਾਣੀ ਪਾ ਦੇ ਇਹਦੇ ਵਿੱਚ, ਜਦ ਤੱਕ ਥੋੜ੍ਹੇ ਹੋਰ ਖੜ੍ਹੇ ਹੋ ਜਾਣਗੇ ਇਹ, ਅਤੇ ਪੱਟ ਪੱਟ ਕੇ ਲਾ ਦਾਂਗੇ ਇੱਥੇ ਯਾਰ ਕਿਤੇ। ਹੁਣ ਇੱਧਰ ਨਹੀਂ ਇੱਧਰ ਨਹੀਂ ਇੱਧਰ ਨਹੀਂ ਇੱਧਰ, ਮੈਂ ਤੂੰ ਹੋਰ ਗਲਾਸ ਨਾਲ ਪੈਣਾ ਪਾਣੀ ਉੱਪਰ। ਤੇ ਮੇਰਾ ਛੱਲਾ ਟੁੱਟ ਗਿਆ ਤਾਂ ਮੈਂ ਵੀ ਛੱਲਾ ਨਵਾਂ ਪਾ ਲਿਆ, ਅਤੇ ਰੱਜ ਨੂੰ ਵੀ ਛੱਲਾ ਪਾ ਤਾ ਕੈਨੇਡਾ ਵਾਲਾ, ਭਾਈ ਕੈਨੇਡਾ ਵਾਲਾ ਛੱਲਾ ਪਾ ਤਾ ਦਿਲ ਵਾਲਾ। ਹੁਣ ਤੇਰੀ ਚਾਬੀ ਖੁੱਲ ਗਈ, ਲਓ ਖੁੱਲ ਗਿਆ ਤੇਰਾ, ਹੁਣ ਬਸ ਦਿਲ ਵੀ ਇਹਦੇ ਨਾਲ ਟੁੱਟ ਗਈ। ਅੱਛਾ ਨਿਸ਼ਾਨੀ ਯਾਰ ਦੀ, ਯਾਰ ਦੀ ਨਿਸ਼ਾਨੀ ਹੈ ਯਾਰ ਦੀ, ਦਿਲ ਟੁੱਟ ਗਿਆ ਉਹ ਦਿਲ ਨਹੀਂ ਟੁੱਟਣ ਦਿੰਦੇ ਅਸੀਂ, ਯਾਰ ਦੀ ਨਿਸ਼ਾਨੀ ਆ, ਯਾਰ ਦੀ ਨਿਸ਼ਾਨੀ ਆ, ਸੜਦੇ ਥੱਲੇ। ਲੈ ਵੀਰ ਮੈਂ ਜਦ ਤੱਕ ਰੇ ਪਾ ਵਿੱਚ ਆਹ ਪਾ ਦਵਾਂ ਸਵਾਹ, ਪਾ ਦਵਾਂ ਸਵਾਹ ਲੈਂਦੀ ਕਰਤੇ ਪਾ ਦੀ ਗੱਠਿਆਂ 'ਚ, ਸਵਾਹ ਸਵਾਹ ਪਾ ਦਿੱਤੀ ਵਿੱਚ ਆਪਾਂ ਨੇ, ਦੋ ਤਾਂ ਲਫਾਫੇ ਲਪੇਟ ਕੇ ਰੱਖੇ ਹੋਈ ਤੀ ਜਿੱਦਾਂ ਸੋਨਾ ਹੁੰਦਾ, ਵਧੀਆ ਚੀਜ਼ ਆ ਇਹ। ਬਾਕੀ ਲੇਬਰ ਮੇਰੀ ਆਈ ਨਹੀਂ ਹੈਗੀ ਹਾਲ ਤੱਕ ਯਾਰ, ਇਹਨਾਂ ਬਾਅਦ ਤੋਂ ਕਰਨਾ ਜਗਾੜ ਆਪਾਂ ਨੇ ਯਾਰ। ਆਲਣ ਜਿਹੜੇ ਉਤਰੇ ਸਾਨੂੰ ਆਹ ਨਾ ਜਿਹੜਾ ਆਪਾਂ ਨੇ ਚੌਲ ਲੈਂਦੇ ਆਹ, ਇਹਨਾਂ ਨੂੰ ਪਾਦੇ ਕਰਨੇ ਯਾਰ ਆਪਾਂ ਨੇ। ਇਹ ਲਾ ਰਹੇ ਸੀ ਬੂਟੇ ਲਾ ਰਹੇ ਹਾਂ ਤੇ ਜਿਹੜੇ ਵਿੱਚ ਨਿਕਲੇ ਤੇ ਜਿੰਨੇ ਕੁ ਨਿਕਲੇ ਉਨੇ ਕੁ ਲਾ ਦੇ, ਹੁਣ ਇਹ ਨਹੀਂ ਪਤਾ ਕਾਹਦੇ ਕਾਹਦੇ ਹੋਏ ਤੇ ਉੱਪਰ ਬੀਜ ਲੱਗੇ ਤੇ ਪਤਾ ਲੱਗੂਗਾ ਕਿਆ ਚੀਜ਼ ਆ ਇਹ। ਸਾਡਾ ਆਲੋਵੀਰਾ, ਮੈਂ ਆਲੋਵੀਰਾ ਕਹਿ ਦਿੰਦਾ, ਇੱਕ ਦਾ ਕਮੈਂਟ ਆਇਆ ਹੋਇਆ ਕਹਿੰਦਾ ਆਲੋਵੀਰਾ ਹੁੰਦਾ, ਆਪਾਂ ਕਹਿੰਦੇ ਆਲੋਵੀਰਾ ਹੀ ਕਹਿੰਦੇ ਆਪਣੇ ਤਾਂ, ਪੰਜਾਬੀ 'ਚ ਆਲੋਵੀਰਾ ਹੀ ਕਹਿੰਦੇ ਆ ਅਤੇ ਇੰਗਲਿਸ਼ 'ਚ ਆਲੋਵੀਰਾ ਕਹਿ ਦਿੰਦੇ ਆ, ਐਲੋਵੀਰਾ ਇੰਗਲਿਸ਼ ਆ ਪੰਜਾਬੀ ਦਾ ਫਰਕ ਹੁੰਦਾ। ਲੈ ਜੀ ਘਰ ਅਨਬੋਕਸਿੰਗ, ਤਿੰਨਾਂ 'ਚ ਅਨਬੋਕਸਿੰਗ ਕਰਨ ਲੱਗੇ ਨੇ।
ਉਹ ਹਲਾ ਲਾ ਮਾੜਾ ਜਿਹਾ ਕਿਵੇਂ ਨਾ ਢੱਕਣ ਲਾ ਕੇ ਰਲ ਜੂਗਾ ਨਾਲ। ਆਹ ਚੀਜ਼ ਦਿੱਤੀ ਕਿਆ ਚੀਜ਼ ਆ, ਕਿਆ ਇਹਦੇ ਵਿੱਚ ਪਾਈਆਂ ਹੋਈਆਂ ਚੀਜ਼ਾਂ, ਕਿਹੜੀ ਕਿਹੜੀ ਚੀਜ਼ ਇਹਨਾਂ ਕੋਲ ਹੈਗੀ ਆ। ਅਸੀਂ ਇੱਕ ਹੋਰ ਚੀਜ਼ ਵੀ ਲਿਆਂਦੀ ਅੱਜ, ਇਹਦੇ ਵਿੱਚ ਹੈਗਾ ਉਹ ਬੀਤ ਗਰਾਸ, ਇਹਦੇ ਵਿੱਚ ਨਹੀਂ ਹੈਗਾ, ਉਦੋਂ ਪਿਆ ਦੂਆ ਅੰਦਰ ਪਿਆ ਲੱਗਾ ਬੀਤ ਗਰਾਸ ਹੈਗਾ। ਆਹ ਅਸੀਂ ਆਹ ਵੀ ਲੈ ਕੇ ਆਏ ਹੁਣ, ਅਤੇ ਆਹ ਲੈ ਕੇ ਆਏ ਅਸੀਂ ਕੀ ਵੀ ਲੈਂਦਾ ਇਹਦੇ ਅੰਦਰ ਪਿਆ ਨਾਲ ਅੰਦਰ। ਪਾ ਦੇ ਗਲਾਸ, ਇਹ ਗਲਾਸ ਹੀ ਬਸ, ਇਹਦੇ ਪਰ ਲਿਖਿਆ 300 ml, 300 ml ਲੈਣਾ। ਸੱਚ ਦੱਸਦਾ ਜਿੱਦਣ ਦਾ ਅਸੀਂ ਇਹ ਪੀਣ ਲੱਗੇ ਹਾਂ ਵੀ ਬਹੁਤ ਚੀਜ਼ਾਂ ਪਰਿਵਰਤਨ ਹੋਇਆ। ਸਵਾਦ ਤਾਂ ਉਦੋਂ ਤੋਂ ਹੋਰ ਤਰ੍ਹਾਂ ਦਾ, ਇਹਦਾ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਦੇ ਕਿੱਦਾਂ ਦਾ ਟੇਸਟ ਹੈ, ਬੱਕ ਬੱਕਾ ਪਰ ਚੀਜ਼ ਵਧੀਆ। ਲਓ ਜੀ ਬੀਤ ਗਰਾਸ ਦੀ ਵੀ ਅਨਬੋਕਸਿੰਗ ਕਰਦੇ ਹਾਂ। ਇਹ ਪੰਜਾਬੀ 'ਚ ਕਹਿੰਦੇ ਕਣਕ ਦਾ ਜੂਸ, ਕਣਕ ਦਾ ਜਿਹੜੇ ਲੂਣ ਜਿਹਾ ਹੁੰਦਾ, ਆਹ ਜਿਹੜੀ ਕਣਕ ਹੁੰਦੀ ਹੈ, ਮੈਂ ਦਿਖਾਉਂਦਾ ਇਹਦੇ ਪਰ ਇੱਕ ਵਾਰੀ। ਆਹ ਕਣਕ ਹੁੰਦੀ ਹੈ, ਕਣਕ 'ਤੇ ਦੋ ਚੀਜ਼ਾਂ ਇਕੱਠੀਆਂ ਇਹਦੇ ਵਿੱਚ। ਹਾਂ ਲਓ ਜੀ ਹੁਣ ਇਹਦੀ ਵੀ ਅਨਬੋਕਸਿੰਗ ਕਰਦੇ, ਅਸੀਂ ਵਧੀਆ ਚੀਜ਼ਾਂ ਲਿਆ ਕੇ ਰੱਖੀਆਂ ਮੋਟਰ 'ਤੇ, ਵਧੀਆ ਚੀਜ਼ਾਂ ਨਾਲ ਵੈਸੇ ਤੰਨੇ ਨੇ ਅਨਬੋਕਸਿੰਗ ਕਰਤੀ ਇਹਦੀ। ਪੀ ਲਿਆ ਅਤੇ ਪੀ ਲਿਆ, ਇਹ ਤਾਂ ਕਹਿੰਦਾ ਬਾਲਾ ਯਾਰ ਹਾਲੇ ਨਹੀਂ, ਹਾਲੇ ਖੜ ਜਾ, ਇਹਦਾ ਤਾਂ ਹਾਲੇ ਬਾਅਦ 'ਚ ਕੜਵਾ ਹਾਲੇ ਰਹਿਣ ਦੇ। 250 ਦਾ, 250 ਦਾ ਇਹ ਲਿਖਿਆ, ਚੱਲ ਕੋਈ ਨਹੀਂ ਹੁਣ ਜਿੰਨੇ ਦਾ ਕੋਈ ਗੱਲ ਨਹੀਂ। ਬੰਦੇ ਨੂੰ ਵਧੀਆ ਚੀਜ਼ਾਂ ਦੇਈਦੀ ਯਾਰ, ਆਹ ਲੈਂਦਾ ਆਪਣੇ ਘਰ ਤੇ ਚੱਕ ਕੇ, ਠੀਕ ਨੀ ਐਂਡ ਗੱਲਬਾਤ। ਹੁਣ ਮੈਂ ਬੀਤ ਗਰਾਸ ਚ ਪੀਤਾ ਯਾਰ, ਨੇਰੀ ਲਿਆਤੀਆਂ ਬਈ, ਓਏ ਹੋਏ ਹਾਂ ਹਾਂ ਤਾਂ ਠੀਕ ਆ। ਮੈਂ ਆਪਣੇ ਘਰ ਆ ਗਿਆ, ਸਾਡੇ ਪਿੰਡ ਗੱਗਾ ਉਹਨਾਂ ਦੇ ਖੰਡ ਪੱਟ ਰੱਖੇ ਸੀ, ਭੋਗ ਪੈਣ ਲੱਗਾ, ਘਰ ਦੇ ਸਾਰੇ ਚਲੇ ਗਏ, ਹੁਣ ਮੈਂ ਵੀ ਤਿਆਰ ਹੋ ਕੇ ਜਲਦੀ ਜਲਦੀ ਜਾਵਾਂ। ਦੋਸਤ ਮੋਟਰ ਪਰ ਬੈਠੇ, ਉਹਨਾਂ ਨੇ ਵੀ ਸਾਰਿਆਂ ਨੂੰ ਇਨਵਾਈਟ ਕੀਤਾ ਹੋਇਆ, ਫਿਰ ਮੈਂ ਕਿਹਾ ਫਟੀ ਫਟ ਨਹਾ ਲਵਾਂ। ਮੈਂ ਪਹਿਲਾਂ ਸੋਚਦਾ ਸੀ ਮੈਂ ਕਿਹਾ ਆਪਾਂ ਲੰਗਰ ਪਾਣੀ ਛਕਣ ਚੱਲਾਂਗੇ, ਉਹ ਫਿਰ ਉਹਨਾਂ ਦੇ ਮੈਸੇਜ ਆ ਰਹੇ, ਕਹਿੰਦਾ ਕੋਈ ਵੀ ਨਹੀਂ ਯਾਰ ਦੋਸਤ ਆਇਆ ਮੇਰਾ। ਮੈਂ ਚਲੋ ਫਿਰ ਫਟੀ ਫਟ ਚੱਲੀ ਹੈ ਭਾਈ, ਸਾਰੇ ਮੁੰਡੇ ਖੜ੍ਹੇ ਆ। ਉਹ ਜੀ ਸਾਹਿਬ ਜੀ ਸਤਨਾਮ ਵਾਹਿਗੁਰੂ, ਸਾਰੇ ਪਿੰਡ ਵਾਲੇ ਲੰਗਰ ਛਕ ਰਹੇ ਨੇ, ਅਸੀਂ ਵੀ ਤਾਂ ਲਾਈਨ 'ਚ ਲੱਗੇ ਹੋਏ ਹਾਂ। ਸਾਰੇ ਯਾਰ ਦੋਸਤ ਰੋਟੀ ਖਾਇਆ ਹੈ, ਅਤੇ ਅੱਜ ਸਾਡਾ ਹੈ 1 ਵਜੇ ਮੈਚ, ਸਾਡਾ ਨਹੀਂ, ਮੈਂ ਤਾਂ ਵੈਸੇ ਖੇਡਣਾ ਨਹੀਂ ਹੈਗਾ, ਮੁੰਡੇ ਜਿਹੜੇ ਮੈਂ ਨਾਲ ਦੇ ਕ੍ਰਿਕਟ ਖੇਡਦੇ ਆ, ਉਹਨਾਂ ਦੀ ਕੋਈ ਦੂਜੀ ਟੀਮ ਆਈ ਹੋਈ ਹੈ, ਅਤੇ ਤੁਸੀਂ ਲੰਗਰ ਛਕ ਕੇ ਆਉਣਾ ਕਿ ਨਹੀਂ ਜੀ? ਫੋਨ ਲੰਗਰ ਛਕ ਆਉਣਾ ਤੁਸੀਂ, ਠੀਕ ਹੈ ਜੀ? ਅਤੇ ਮੈਨੂੰ ਬੂਟ ਦੇ ਦਿਓ ਫਿਰ,
ਮੈਂ ਜਾਣਾ ਗਰਾਊਂਡ। ਰਿੰਕੂ ਆਪਣੀ ਧੀ ਰਾਣੀ ਨੂੰ ਵੀ ਲੈ ਕੇ ਚੱਲਿਆ ਗਰਾਊਂਡ 'ਚ ਨੂੰ, ਹੈ ਜਾਣਾ ਤੈਂ? ਡੈਡੀ ਨੇ ਜਿੱਤ ਵਾਲੀ ਡੈਡੀ ਨੂੰ ਲੈ ਜਾਣੀ ਆ। ਅੱਛਾ ਅੱਛਾ ਠੀਕ ਹੈ ਠੀਕ। ਅੱਛਾ ਲਓ ਬਈ ਮੈਚ ਸ਼ੁਰੂ ਹੋ ਗਿਆ ਉੱਧਰ, ਤਰਨਜੀਤ ਸਿੰਘ ਤਰਨਾ ਖੇਡ ਰਿਹਾ ਸਾਡਾ, ਹਨੀ ਹੈ ਇੱਥੇ ਸਾਡਾ ਪ੍ਰਭਾਤ ਚੜ੍ਹ ਗਿਆ, ਪੁੱਠਾ ਹੋ ਗਿਆ ਪੁੱਠਾ ਹੋ ਗਿਆ। ਮੈਚ ਤਾਂ ਅਸੀਂ ਗਏ ਜਿੱਤ, ਮੈਨੂੰ ਲੱਗੀ ਗਰਮੀ, ਇੱਕ ਵਾਰੀ ਮੈਂ ਘਰ ਵੀ ਆ ਲਿਆ, ਮੈਂ ਬਦਲ ਗਿਆ ਆਪਣੀ ਸ਼ਰਟ, ਅੱਜ ਬੜਾ ਕਬੂਤਰ ਉਡਾਇਆ ਸੀ ਯਾਰ, ਬੜਾ ਉਡਿਆ ਅਤੇ ਮੈਨੂੰ ਲਿਆ ਜੀ ਰੋਟੀ, ਭੁੱਖ ਲੱਗੀ ਬਹੁਤ ਜ਼ਿਆਦਾ, ਲਿਆ ਕੁਛ ਨਾ ਕੁਛ ਖਾਣੇ ਪੀਣੇ ਨੂੰ, ਅੱਜ ਬਾਜ ਬੜਾ ਉਡਾਇਆ। ਫਿਰ ਫਿਲਮ ਚੱਲ ਰਹੀ ਕਿ 9 ਰੁਪਏ ਵਾਲੀ ਆ, ਅੱਜ ਤੋਂ ਚਾਰ ਨਹੀਂ ਕਈ ਸਾਲ ਹੋ ਗਏ ਹੁਣ, ਮੇਰੇ ਟਾਈਮ ਨਹੀਂ, ਟਾਈਮਿੰਗ ਨਹੀਂ ਯਾਦ ਹੈਗੀ। ਇੱਕ ਗੁਜਰਾਤ ਫੈਮਿਲੀ ਦੇ ਨਾ ਕੋਈ ਸੀਨ ਤਾ ਫਿਲਮ ਦੇ ਵਿੱਚ, ਰਣਵੀਰ ਸਿੰਘ ਨੇ ਫਿਲਮ ਬਣਾਈ ਸੀ ਇਹ, ਇੱਕ ਤਾਂ ਦੱਸੂਗਾ ਮੈਂ ਕਦੋਂ, ਪੂਰੀ ਸਰਚ ਕਰਨ ਦਿਉ ਮੈਨੂੰ, ਅਤੇ ਦੇਖ ਰਹੇ ਪਏ ਫਿਲਮ ਦਾ, ਅਤੇ ਹੁਣ ਮੈਂ ਰੋਟੀ ਖਾ ਲਵਾਂ ਜੀ, ਅਤੇ ਧੰਨਵਾਦ ਜੀ ਤੁਹਾਡਾ ਮੇਰੇ ਬੜੀ ਦੁੱਖਣ ਵਾਸਤੇ, ਮਿਲਦਾ ਫਿਰ ਕਿਸੇ ਦਿਨ ਬੜੇ ਦਿਨ, ਫਿਲਮ ਦੇਖ ਲਵਾਂ ਮੈਂ ਉੱਧਰ, ਐਕਟਿੰਗ ਦੇਖੋ ਬਾਈ ਬੰਦੇ ਦੀ, ਐਕਟਿੰਗ ਦੇਖ ਕੇ ਹੈਰਾਨ ਰਹਿ ਜਾਣਾ ਬਾਈ।